ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਹਸਰਤਿਆਂ ਨੂੰ ਜੀ ਆਇਆਂ ਜੇਲ੍ਹ ਚ ਬੰਦ ਰਾਮ ਰਹੀਮ ਦੀ ਮੂੰਹ ਬੋਲੀ ਬੇਟੀ ਹਣੀਬ੍ਰਿਤ ਵੱਲੋਂ ਡੇਰੇ ਬਾਰੇ ਆਈ ਵੱਡੀ ਖਬਰ ਦਿੱਤਾ ਇਹ ਵੱਡਾ ਬਿਆਨ ਆ ਤਾਜ਼ਾ ਵੱਡੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਮ ਤੇ ਵੀਡੀਓ ਨੂੰ ਅੱਜ ਤੋਂ ਆ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ ਹਾਂਜੀ ਹੁਣ ਵੱਡੀ ਖਬਰ ਸਾਡੇ ਸਾਹਮਣੇ ਆ ਰਹੀ ਹੈ ਹਾਂਜੀ ਬਹੁਤ ਸਾਰੇ ਸੰਸਥਾਵਾਂ ਨੇ ਜੋ ਵਾਕ-ਵਾਕ ਵਿਵਾਦਾਂ ਚ ਫਸ ਜਾਂਦੇ ਕਿਉਂਕਿ ਉਹਨਾਂ ਸੰਸਥਾਵਾਂ ਦੇ ਮੁੱਖਮੁਲ ਜਿਹਨਾਂ ਪ੍ਰਾਧਿਕਟ ਨਾਣ ਨੂੰ ਜਾਮ ਦਿੱਤਾ ਜਾਂਦਾ ਹੈ ਜਿਸ ਕਾਰਨ ਉਹਨਾਂ ਨੂੰ ਜੇਲ੍ਹ ਦੀ ਸਜ਼ਾ ਕੱਟਣੀ ਪੈ ਰਹੀ ਹੁਣ ਜੇਲ੍ਹ ਚ ਬੰਦ RAMNIM ਦੀ ਮੂੰਹ ਬੋਲੀ ਤੀ ਹਨੀਬ੍ਰਿਤ ਵੱਲੋਂ ਡੇਰੇ ਬਾਰੇ ਵੱਡੀ ਖਬਰ ਸਾਹਮਣੇ ਜਿੱਥੇ ਉਹਨਾਂ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ ਜਿਸ ਉੱਪਰ ਚਰਚਾ ਛਿੜ ਗਈ ਹੈ ਏਸ ਅੰਮ੍ਰੇ ਡੇਰਾ ਸੱਚਾ ਸੋਦਾ ਦੇ ਮੁਗੀ ਗੁਰਮੀਤ ਰਾਮ ਨਹਿਮ ਕਈ ਦੋਸ਼ਾਂ ਦੇ ਤਹਿਤ ਰੋहतक ਦੀ ਸੁਨਾਰੀਆ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਹੇ ਨੇ। ਉਹਤੇ ਡੇਰਾ ਸੱਚਾ ਸੋਦਾ ਦਾਉ 29 ਪ੍ਰੈਲ ਨੂੰ ਸਥਾਪਨਾ ਦਿਵਸ ਸੈਰਿਆ ਹੈ ਜਿਸ ਨੂੰ ਲੈ ਕੇ ਲੋਕਾਂ ਵਿੱਚ ਚਰਚਾ ਕੀਤੀ ਜਾ ਰਹੀ ਸੀ ਕਿ ਹਣੀਬ੍ਰੀਤ ਨੂੰ ਗੱਦੀ ਨਿਸ਼ੀਨ ਬਣਾਇਆ ਜਾ ਸਕਦਾ ਜਿੱਤੇ ਖਬਰ ਨੂੰ ਲੈ ਕੇ ਚਰਚਾਵਾ ਹੋ ਰਹੀ ਉੱਥੇ ਹੁਣ ਇਹਨਾਂ ਗੱਲਾਂ ਲੈ ਕੇ ਵੱਡਾ ਬਿਆਨ ਆਇਆ ਹੈ ਜਿਸ ਵਿੱਚ ਆ ਕੇ ਕਹੇਗੇ ਕਿ ਇਸ ਗੱਡੀ ਦੇ ਉੱਪਰ ਗੁਰਮੀਤ RAM RIM ਜੀ ਹੀ ਬਰਾਜ਼ ਮਾਰਾਮਗੇ ਉੱਥੇ ਹੀ ਦਿੱਤੇ ਗਏ ਬਿਆਨ ਵਿੱਚ ਉਹਨਾਂ ਨੇ ਆਖਿਆ ਕਿ ਕਦੇ ਵੀ ਕੋਈ ਵੀ ਹੋਰ ਕੋਈ ਵੀ ਇਨਸਾਨ ਇਸ ਗੱਡੀ ਤੇ ਨਹੀਂ ਬੈਠੇਗਾ ਤੇ ਖਬਰ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ